ਸੁਨੰਦਾ ਸ਼ਰਮਾ ਆਪਣੇ ਫੈਨਸ ਨੂੰ ਐਂਟਰਟੇਨ ਕਰਨ ਦਾ ਕੋਈ ਨਾ ਕੋਈ ਤਰੀਕਾ ਤਾਂ ਲੱਭ ਹੀ ਲੈਂਦੀ ਹੈ। ਅੱਜ ਕੱਲ੍ਹ ਆਪਣੇ ਗੀਤਾਂ ਦੇ ਨਾਲ ਨਾਲ ਜਦ ਉਹ ਸੋਸ਼ਲ ਮੀਡੀਆ 'ਤੇ ਕੁਛ ਲੈ ਕੇ ਆਉਂਦੇ ਨੇ ਉਸ ਨੂੰ ਫੈਨਸ ਬਹੁਤ ਪਸੰਦ ਕਰਦੇ ਨੇ। ਸੋਸ਼ਲ ਮੀਡੀਆ 'ਤੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਪਾ ਕੇ ਸੁਨੰਦਾ ਸ਼ਰਮਾ ਸਭ ਨੂੰ ਐਂਟਰਟੇਨ ਕਰਦੇ ਨੇ, ਲੇਕਿਨ ਰੀਸੈਂਟਲੀ ਜਦ ਸੁਨੰਦਾ ਸ਼ਰਮਾ ਲਾਈਵ ਆਈ, ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਆਪਣੇ ਲਾਈਵ ਦੇ ਵਿੱਚ ਫੈਨਸ ਨੂੰ ਐਂਟਰਟੇਨ ਕੀਤਾ, ਜ਼ਰਾ ਤੁਹਾਨੂੰ ਦਿਖਾਉਂਦੇ ਹਾਂ। ਹਾਈ ਐਵਰੀਬਡੀ, ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ ਸਾਰਿਆਂ ਨੂੰ। ਕੀ ਹਾਲ ਨੇ ਸਾਰਿਆਂ ਦੇ? ਠੀਕ ਹੋ? ਸਤਿ ਸ਼੍ਰੀ ਅਕਾਲ, ਤੁਸੀਂ ਕਰੋ। ਸਵੇਰ ਦੇ 10 ਵਜੇ ਨੇ, ਅੱਧੇ ਲੋਕ ਤਾਂ ਹਲੇ ਸੋ ਰਹੇ ਹੋਣਗੇ, ਅਸੀਂ ਦੇਖੋ ਕੰਮ 'ਤੇ ਵੀ ਆ ਗਏ ਹਾਂ, ਅਤੇ ਸੋਚਿਆ ਤੁਹਾਡੇ ਸਾਰਿਆਂ ਨਾਲ ਮੈਂ ਗੱਲਬਾਤ ਹੀ ਕਰ ਲਵਾਂ। ਬੜਾ ਚਿਰ ਹੋ ਗਿਆ, ਮੈਂ ਤਾਂ ਗਾਇਬ ਹੀ ਹੋ ਜਾਂਦੀ ਹਾਂ ਨਾ ਲਾਈਵ ਤੋਂ, ਆਉਂਦੀ ਨਹੀਂ ਫਿਰ। ਹੈਲੋ ਰੁਚੀ ਜੀ, ਤੁਹਾਡੀ ਕਿਹੜੀ ਕਿਹੜੀ ਚੀਜ਼ 'ਚ ਰੁਚੀ ਹੈ ਮੈਨੂੰ ਦੱਸੋ। ਠੀਕ ਹੋ ਤੁਸੀਂ? ਸੋ ਮੈਨੀ ਹਾਰਟਸ, ਵਾਹ ਕੀ ਬਾਤ ਹੈ। ਕਿਵੇਂ ਹੋ ਤੁਸੀਂ? ਬਾਂਸਲ ਜੀ ਪੁੱਛ ਰਹੇ ਨੇ। ਮੈਂ ਠੀਕ ਹਾਂ ਜੀ, ਤੁਸੀਂ ਸੁਣਾਓ। ਚੀਚੀ ਕਿੱਧਰ ਹੈ? ਚੀਚੀ ਘਰੇ ਹੈ ਜੀ, ਚੀਚੀ ਮੰਮਾ ਦੇ ਕੋਲ ਹੈ, ਯਾਨੀ ਕਿ ਆਪਣੀ ਨਾਨੀ ਕੋਲ ਹੈ ਘਰੇ, ਅਤੇ ਅਸੀਂ ਕੰਮ 'ਤੇ ਆਏ ਹਾਂ, ਅਤੇ ਮੈਂ ਸੋਚਿਆ ਮੈਂ ਨਾ ਲਾਈਵ ਹੋ ਜਾਂ, ਤੁਹਾਡੇ ਸਾਰਿਆਂ ਨਾਲ ਗੱਲ ਕਰਾਂ। ਹੈਲੋ 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 ਹੈਲੋ, ਹਰਿਆਣਾ ਸੇ ਰਾਮ ਰਾਮ, ਰਾਮ ਰਾਮ ਸੇ ਰਾਮ ਰਾਮ, ਰਾਮ ਰਾਮ। ਸੱਗੀ ਫੁੱਲ ਬਾਏ ਤੁਲਿਕਾ ਹੀਰ, ਟੀ ਸ਼ਰਟ ਮੇਰੀ ਕਿਹੜੇ ਪਾਸੇ ਹੋ? ਕਿਹੜੇ ਪਾਸੇ? ਇਹ ਦੇਖ ਲਾ ਸਤਪ੍ਰੀਤ, ਇਹ ਤੁਲਿਕਾ ਆ ਗਈ ਹੈ, ਲਾਈਵ 'ਚ ਮੇਰੇ ਤੋਂ ਟੀ ਸ਼ਰਟ ਮੰਗ ਰਹੀ ਹੈ। ਕੋਈ ਨੀ, ਮੇਰੀ ਟੀ ਸ਼ਰਟ ਹੈ, ਮੈਂ ਤੇ ਆਪ ਕਿਸੇ ਤੋਂ ਲਈ ਆ, ਮੈਂ ਤੇ ਆਪ ਮੰਗੀ ਹੈ ਕਿਸੇ ਤੋਂ। ਗ੍ਰੇ ਬੀਅਰਡ ਮੈਨ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਤੁਹਾਡਾ ਕਹਿਣਾ ਬਣਦਾ ਹੈ, ਕੋਈ ਗੱਲ ਨਹੀਂ। ਤੁਲਿਕਾ ਨਾਲੇ ਮੇਰਾ ਸਮਾਨ ਲੈ ਆਇਓ, ਪੈਸੇ ਤੁਹਾਨੂੰ ਆਪਾਂ ਬਾਅਦ 'ਚ ਦੇਵਾਂਗੇ। ਆਪਕੋ ਮੇਕਅਪ ਕੀ ਜ਼ਰੂਰਤ ਨਹੀਂ ਹੈ? ਹਾਂ, ਮੈਂ ਤੇ ਆਪ ਕਹਿੰਦੀ ਹਾਂ, ਕੀ ਲੋੜ ਆ? ਦੇਖੋ ਮੁੱਖੜਾ ਤੇ ਦੇਖੋ, ਕਿਤੇ ਚੰਨ ਅਰਗਾ ਹੈ ਕਿਤੇ, ਐਂ ਲੋੜ ਤੇ ਹੈ ਨਹੀਂ, ਪਰ ਉਹ ਕੰਮ ਕਰਨਾ ਹੈ ਨਾ, ਤੇ ਉਹਦੇ 'ਚ ਸਕਰੀਨ 'ਤੇ ਤਾਂ ਲੋੜ ਪੈਂਦੀ ਹੈ ਨਾ ਥੋੜ੍ਹੀ ਥੋੜ੍ਹੀ। ਮੇਰੀ ਟੀਮ ਨੂੰ ਮਿਲੋ, ਸੁਧੀਰ ਨੇ ਇਹ ਹੇਅਰ ਕਰਦੇ ਨੇ, ਅਤੇ ਇਹ ਸ਼ਾਨ ਜੀ ਨੇ ਇਹ ਮੇਕਅਪ ਕਰਦੇ ਨੇ, ਅਤੇ ਤੁਹਾਨੂੰ ਕਿਵੇਂ ਲੱਗਦਾ ਹੈ ਕੰਮ ਕਰਕੇ? ਚਲੋ ਆਪਣਾ ਐਕਸਪੀਰੀਅੰਸ ਦੱਸੋ। ਸੁਧੀਰ ਤੇ ਹਲੇ ਕੰਸਨਟ੍ਰੇਸ਼ਨ ਦੇ ਨਾਲ ਕੰਮ ਕਰ ਰਹੇ ਨੇ। ਸ਼ਾਨ ਜੀ ਤੁਸੀਂ ਆਓ ਕੈਮਰੇ ਤੇ, ਆਜੋ 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 ਆਜੋ, ਹੈਲੋ ਕਰ ਦੋ ਮੇਰੀ ਆਡੀਅੰਸ ਨੂੰ। ਹਾਏ, ਨਹੀਂ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਤੁਹਾਡਾ ਕੰਮ ਕਰਕੇ। ਮੈਨੂੰ ਵੀ ਬਹੁਤ ਚੰਗਾ ਲੱਗਦਾ ਜੀ, ਅਸੀਂ ਸਾਰਾ ਦਿਨ ਖਾਣ ਪੀਣ ਨੂੰ ਮੰਗਾਉਂਦੇ ਰਹਿੰਦੇ ਖਾਂਦੇ ਰਹਿੰਦੇ ਹਾਂ, ਪਰ ਮੈਂ ਨਹੀਂ ਖਾ ਰਹੀ, ਮੈਂ ਡਾਇਟ ਕਰ ਰਹੀ, ਮੈਂ ਪਤਲੀ ਵੀ ਹੋਈ ਹਾਂ ਅਸੀਂ। ਉਹ ਮੇਨ ਬੰਦਾ ਤੇ ਹੁਣ ਆਇਆ ਅਮਨ, ਮੈਂ ਲਾਈਵ ਹੋਈ ਹਾਂ, ਇੱਧਰ ਆਓ ਇੱਧਰ ਆਓ ਇੱਧਰ ਆਓ, ਹੈਲੋ ਕਰ ਦੋ ਸਾਰਿਆਂ ਨੂੰ। ਹੁਣ ਆਏ ਅਮਨ ਆਏਗਾ, ਅਮਨ ਆਏਗਾ, ਹੈਲੋ ਜੀ, ਕਿੱਦਾਂ ਜੀ? ਇੱਧਰ ਆ ਕੇ, ਇੱਧਰ ਆ ਕੇ ਕਹੋ ਸਾਰਿਆਂ ਨੂੰ, ਸਾਰਿਆਂ ਨੂੰ ਹੈਲੋ ਕਰ ਦੋ। ਹੈਲੋ ਜੀ, ਕਿਵੇਂ ਹੋ ਜੀ? ਲੈ ਮੈਂ ਕਹਿੰਦੀ ਮੈਂ ਇੱਧਰ ਹੋ ਜਾਂਦੀ ਹਾਂ, ਅਮਨ ਨੂੰ ਲਾਈਵ ਕਰ ਦਿੰਦੇ ਹਾਂ, ਅਮਨ ਆਪੇ ਹੀ ਆਡੀਅੰਸ ਨੂੰ ਸਾਹਮਣੇ। ਓਹ ਅਮਨ ਸਾਡੇ ਖਾਣ ਪੀਣ ਦਾ ਬਹੁਤ ਖਿਆਲ ਰੱਖਦਾ। ਅੱਛਾ ਅਮਨ, ਉਹ ਇੱਕ ਗੀਤ ਅਸੀਂ ਗਾਇਆ ਸੀ, ਮੈਂ ਮਤਲਬ ਗਾਉਂਦੀ ਸੀ, ਜਿਹੜਾ ਤੁਸੀਂ ਵੀ ਨਾਲ ਗਾਉਂਦੇ ਸੀ, ਇੱਧਰ ਆ ਕੇ ਗਾਓ ਉਹ ਗੀਤ। ਆਜੋ ਆਜੋ,
ਸਵੇਰੇ ਸਵੇਰੇ ਗਾਣੇ ਗਾਉਂਦੇ ਹਾਂ ਅਸੀਂ। ਵੀ ਲਾਈਕ ਯੂ। ਓ ਥੈਂਕ ਯੂ ਜੀ, ਕਿਆ ਬਾਤ ਹੈ, ਕਿਆ ਖਾਣੇ ਦਾ ਸਮਾਨ। ਅੱਛਾ ਹਾਂ 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 ਠੀਕ ਹੈ। ਗੋਲੂ ਮੋਲੂ ਅੱਛੇ ਲੱਗਦੇ ਹੋ। ਹਾਂ ਜਿੱਦਾਂ ਕਿ ਹੈ ਦੇਖੋ, ਹੈ ਗੋਲੂ ਮੋਲੂ, ਗੋਲੂ ਮੋਲੂ ਕੋਟ ਪੈਂਟ ਪਾ ਕੇ ਬੈਠਾ। ਅਮਨ ਨੂੰ ਕਿਹੜਾ ਗਾਣਾ ਸੀ, ਦੱਸ ਵੇ ਵਕੀਲਾ ਆ ਜਾ ਸਰਕਾਰੀ ਕਿਹੜਾ ਲਾਏ। ਅਮਨ ਨਾਲ ਨਾਲ ਗਾਉਂਦਾ ਹੁੰਦਾ ਮੇਰੇ ਨਾਲ ਸੈੱਟ ਤੇ, ਹੈ ਅਮਨ। ਦੱਸ ਵੇ ਵਕੀਲਾ ਸਰਕਾਰੀ ਕਿਹੜਾ ਲਾਏ, ਅੱਗੇ ਰੱਖ ਦਿਲ ਨੂੰ ਚੁਰਾਵੇ ਜਿਹੜਾ, ਦਿਲ ਨੂੰ ਚੁਰਾਵੇ ਜਿਹੜਾ, ਉਹਦੀ ਕੀ ਸਜ਼ਾਏ। ਦੱਸ ਵੇ ਵਕੀਲਾ ਸਰਕਾਰੀ ਕਿਹੜਾ ਲਾਏ। ਓ ਵਾਹ, ਮੈਨੂੰ ਬੜਾ ਚੰਗਾ ਲੱਗ ਰਿਹਾ ਜੀ ਲਾਈਵ ਆ ਕੇ। ਹੈਲੋ, ਉਧਰ ਲਾਈਵ ਆਪਣੇ ਫੋਨ ਤੇ ਚਲਾ ਲਿਆ। ਠੀਕ ਠਾਕ ਹੋ ਸਾਰੇ ਹੀ? ਬ੍ਰੇਕਫਾਸਟ ਕਰ ਲਿਆ ਸਾਰਿਆਂ ਨੇ? ਕੀ ਖਾਧਾ ਹੈ? ਤੁਲਕਾ ਤੁਸੀਂ ਕੀ ਬਣਾਇਆ ਦੱਸੋ। ਤੁਲਕਾ ਕੁਝ ਨਹੀਂ ਬਣਾਉਂਦੀ, ਰਾਹੁਲ ਮਿਊਜ਼ਿਕ ਸਪੈਸ਼ਲੀ ਕੋਕੋਨਟ ਪਾਣੀ ਵਹੀਂ ਪੀ ਲੈਂਦੇ। ਪ੍ਰਿੰਸੈਸ ਸੋਹਲ, ਪੰਜਾਬੀ ਬਹੁਤ ਵਧੀਆ ਲੱਗਦੀ ਹੈ ਤੁਹਾਡੇ ਨੂੰ ਜੀ। ਮੈਂ ਪੰਜਾਬਣ ਆ ਜੀ ਵੇ, ਕੀ ਹੋ ਗਿਆ, ਤੀਜੀ ਵਾਰੀ ਗੁੱਤ ਖੋਲ ਤੁਸੀਂ ਗਰਦਨ ਕਾਟ ਦੇਣਾ, ਕੋਈ ਬਾਤ ਨੀ, ਖੁੱਲੀ ਛੁੱਟੀ ਇੱਕ ਹੈ ਵੀ ਸੁਰਾਹੀ ਅਰਗੀ ਏਡੀ ਲੰਬੀ ਵੀ ਏਡੀ ਧੋਣ ਨੀ ਮੈਂ ਵੇਖੀ ਕਿਸੇ ਦੀ। ਨੋ ਨਾ ਸੀਰੀਅਸਲੀ, ਏਡੀ ਧੋਣ ਨੀ ਮੈਂ ਵੇਖੀ ਕਿਸੇ ਦੀ। ਮੈਂ ਇੱਥੇ ਆ ਗਈ ਹੁਣ, ਨਹੀਂ ਨਹੀਂ ਇਟਸ ਓਕੇ, ਮੈਂ ਹੁਣ ਐ ਰਹੂੰਗੀ। ਮੈਨੂੰ ਵੈਸੇ ਅਕਸਰ ਲਾਈਵ ਆਉਣਾ ਚਾਹੀਦਾ ਪਰ ਪਤਾ ਨਹੀਂ ਮੈਂ ਭੁੱਲ ਜਾਂਦੀ ਹਾਂ ਲਾਈਵ ਆਉਣਾ, ਤੁਹਾਡੇ ਸਾਰਿਆਂ ਨਾਲ ਗੱਲ ਕਰਨਾ। ਲਾਈਵ ਨਾਲ ਵੈਸੇ ਬਹੁਤ ਅੱਛੇ ਤਰੀਕੇ ਨਾਲ ਮੈਨੂੰ ਲੱਗਦਾ ਕਿ ਗੱਲਬਾਤ ਹੋ ਜਾਂਦੀ ਹੈ, ਕਨੈਕਟ ਕਰ ਪਾਉਂਦੇ ਹਾਂ ਅਸੀਂ ਇੱਕ ਦੂਸਰੇ ਨਾਲ, ਸਾਰੇ ਆਡੀਅੰਸ ਦੇ ਨਾਲ ਆਪਣੇ ਨਾਲ। ਬਟ ਵਿੱਚ ਵਿੱਚ ਖਿਆਲ ਹੀ ਭੁੱਲ ਜਾਂਦਾ ਲਾਈਵ ਦਾ, ਕੰਮ ਹੀ ਇੰਨੇ ਹੁੰਦੇ ਨੇ, ਬਹੁਤ ਕੰਮ ਨੇ, ਸਬਜ਼ੀ ਲਿਆਉਣੀ ਹੁੰਦੀ ਹੈ, ਕਈ ਕੰਮ ਨੇ ਮੈਨੂੰ। ਬਟ ਥੈਂਕ ਯੂ ਟੂ ਆਲ ਆਫ ਯੂ, ਤੁਸੀਂ ਇੰਨਾ ਪਿਆਰ ਦਿੰਦੇ ਹੋ ਹਮੇਸ਼ਾ, ਇੰਨਾ ਸਪੋਰਟ ਕਰਦੇ ਹੋ, ਸਾਰਿਆਂ ਨੂੰ ਸਪੋਰਟ ਕਰਿਆ ਕਰੋ, ਸਾਰੇ ਆਰਟਿਸਟਾਂ ਨੂੰ, ਸਾਰੇ ਕੋਈ ਆਰਟਿਸਟ ਹੈ ਚਾਹੇ ਕੋਈ ਤੁਹਾਡੇ ਆਸ ਪਾਸ ਕੋਈ ਵੀ ਮਿਹਨਤੀ ਇਨਸਾਨ ਹੈ, ਸਭ ਨੂੰ ਪਿਆਰ ਕਰੋ, ਸਭ ਨੂੰ ਸਪੋਰਟ ਕਰੋ, ਤੁਹਾਨੂੰ ਆਪ ਨੂੰ ਹੀ ਬੜਾ ਚੰਗਾ ਲੱਗੇਗਾ ਜਦੋਂ ਤੁਸੀਂ ਕੁਛ ਚੰਗਾ ਕਰਦੇ ਹਾਂ ਅਤੇ ਤੁਹਾਨੂੰ ਖੁਦ ਨੂੰ ਬਹੁਤ ਚੰਗਾ ਲੱਗਦਾ। ਹਾਂ ਸਤਪ੍ਰੀਤ, ਮੈਂ ਮੋਟੀਵੇਸ਼ਨਲ ਸਪੀਕਰ ਬਣ ਜਾਣਾ ਹੈ ਨਾ, ਹੁਣ ਮੈਂ ਬਣਦੀ ਜਾ ਰਹੀ ਹਾਂ। ਮਤਲਬ ਮੈਨੂੰ ਇੰਝ ਲੱਗਦਾ, ਮੈਂ ਸਾਰਿਆਂ ਨੂੰ ਕਹਿੰਦੀ ਹੁੰਦੀ ਹਾਂ ਕਿ ਉਹੀ ਕਰੋ। ਅੱਛਾ ਮੈਂ ਨਾ ਇੱਕ ਗੱਲ ਦੱਸਦੀ, ਕਹਿੰਦੇ ਉਹੀ ਕਰੋ ਜੋ ਤੁਸੀਂ ਵੀ ਸਹਿ ਸਕਦੇ ਹੋ, ਹੈ ਨਾ। ਹਾਂ ਹੈ ਨਾ ਸ਼ਾਨ, ਹੈ ਨਾ, ਉਹ ਚੀਜ਼ ਨੂੰ ਤੁਸੀਂ ਓਨੀ ਕੁ ਹੀ ਰੇਂਜ ਚ ਜਾ ਕੇ, ਚਾਹੇ ਕਿਸੇ ਕੁਝ ਵੀ ਹੋਵੇ, ਕਿਸੇ ਨੂੰ ਸੁੱਖ ਦੇਣਾ ਦੁੱਖ ਦੇਣਾ, ਕਹਿੰਦੇ ਉਹਨਾਂ ਤੋਂ ਜਿਹੜਾ ਆਪ ਵੀ ਵਾਪਸ ਲੈ ਸਕੋ। ਸੋ ਹਮੇਸ਼ਾ
ਕੋਸ਼ਿਸ਼ ਕਰਿਆ ਕਰੋ ਕਿ ਸਾਡੇ ਤੋਂ ਕੁਝ ਵੀ ਮਾੜਾ ਨਾ ਹੋਵੇ। ਆਪਾਂ ਗਲਤੀਆਂ ਕਰਦੇ ਹਾਂ, ਸਾਰੇ ਕਰਦੇ ਹਾਂ, ਮੈਂ ਵੀ ਕਰਦੀ ਹਾਂ, ਦਿਨ 'ਚ ਕਈ ਗਲਤੀਆਂ ਕਰਦੇ ਹਾਂ, ਪਰ ਜੇ ਤੁਹਾਨੂੰ ਕਦੇ ਲੱਗਦਾ ਕਿ ਤੁਹਾਡੀ ਵਜ੍ਹਾ ਨਾਲ ਕਿਸੇ ਦਾ ਦਿਲ ਦੁਖਿਆ ਤਾਂ ਭਾਈ ਨਾਲ ਦੀ ਨਾਲ ਮਾਫ਼ੀ ਮੰਗ ਲਿਆ ਕਰੋ, ਕਿਉਂਕਿ ਫਿਰ ਬਾਅਦ 'ਚ ਰੱਬ ਮਾਫ਼ੀ ਨਹੀਂ ਦਿੰਦਾ, ਇਹ ਬੜੀ ਵੱਡੀ ਗੱਲ ਹੈ। ਅਤੇ ਬਸ ਖਿਆਲ ਰੱਖਿਆ ਕਰੋ ਆਪਣੇ ਆਸ ਪਾਸ ਸਾਰਿਆਂ ਦਾ, ਆਪਣੇ ਮਾਂ ਪਿਓ ਦਾ ਖਿਆਲ ਰੱਖਿਆ ਕਰੋ। ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈ ਜੋ ਮੈਂ ਐਕਸਪੀਰੀਅੰਸ ਕੀਤੀ ਔਰ ਜੋ ਮੈਂ ਸਿੱਖੀ ਹੈ ਪਾਸਟ ਕੁਝ ਟਾਈਮ ਤੋਂ, ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਕੋਂਸਟੈਂਟ ਹੈ ਉਹ ਸਭ ਤੋਂ ਜ਼ਰੂਰੀ ਹੈ, ਸਭ ਤੋਂ ਇੰਪੋਰਟੈਂਟ ਹੈ, ਉਹ ਹੈ ਤੁਹਾਡੇ ਮਾਂ ਪਿਓ, ਤੁਹਾਡੇ ਭੈਣ ਭਾਈ। ਹਮੇਸ਼ਾ ਉਹਨਾਂ ਦਾ ਖਿਆਲ ਰੱਖੋ, ਹਮੇਸ਼ਾ ਉਹਨਾਂ ਨੂੰ ਪਿਆਰ ਕਰੋ, ਲੜੋ ਵੀ ਉਹਨਾਂ ਦੇ ਨਾਲ, ਉਹ ਵੀ ਬਣਦਾ। ਮੈਂ ਤਾਂ ਬਹੁਤ ਲੜਦੀ ਹਾਂ, ਮੈਂ ਆਪਣੀ ਭੈਣ ਨਾਲ ਬੜਾ ਲੜਦੀ ਹਾਂ, ਆਪਣੇ ਭਰਾ ਨਾਲ ਬਹੁਤ ਲੜਦੀ ਹਾਂ, ਕਿਉਂਕਿ ਮੈਂ ਸਭ ਤੋਂ ਛੋਟੀ ਹਾਂ ਘਰ 'ਚ, ਅਤੇ ਪਿਆਰ ਵਾਲਾ ਲਾਡ ਵਾਲਾ ਲੜਦੀ ਹਾਂ, ਮੈਨੂੰ ਪਿਆਰ ਵੀ ਫਿਰ ਬਹੁਤ ਦਿੰਦੇ ਨੇ ਅੱਗੋਂ। ਅਤੇ ਬਸ ਜਿਹੜੀਆਂ ਕਹਾਵਤਾਂ ਬਣੀਆਂ ਕਿ ਉਹੀ ਬੀਜੋ ਜੋ ਬੀਜੋਗੇ ਤੁਹਾਨੂੰ ਉਹੀ ਮਿਲਣਾ, ਸੋ ਉਹੀ ਇੱਕ ਜਸਟ ਅੱਜ ਦੇ ਦਿਨ ਦਾ, ਅੱਜ ਦੇ ਲਾਈਫ ਦਾ ਹੀ ਕੋਨਸੈਪਟ ਆ ਮੈਨੂੰ ਲੱਗਦਾ, ਬਣ ਗਿਆ, ਜੋ ਕਿ ਮੈਂ ਸੋਚ ਕੇ ਨਹੀਂ ਆਈ ਸੀ ਕਿ ਮੈਂ ਇਹ ਬੋਲਣਾ ਹੈ ਅੱਜ ਜਾਂ ਕਹਿਣਾ ਹੈ, ਜਸਟ ਇੱਕ ਫਲੋ 'ਚ ਇੱਕ ਗੱਲ ਆ ਰਹੀ ਹੈ ਕਿ ਹਮੇਸ਼ਾ ਉਹੀ ਕਰੋ, ਓਨਾ ਹੀ ਦਿਓ ਜਿੰਨਾ ਤੁਸੀਂ ਖੁਦ ਫਿਰ ਵਾਪਸ ਲੈ ਸਕਦੇ ਹੋ। ਸੋ ਆਲਵੇਜ਼ ਟੇਕ ਕੇਅਰ ਆਫ ਦੀਜ਼ ਥਿੰਗਸ, ਕਰਮਾ ਹਿਟਸ ਵੈਰੀ ਬੈਡ, ਕਰਮਾ ਇਜ਼ ਫੋਰ ਰੀਅਲ ਫੋਰ ਯੂ। ਹੋਰ ਸੁਣਾਓ ਕੀ ਹਾਲ ਨੇ? ਮੇਰਾ ਤੇ ਦਿਲ ਕਰਦਾ ਮੈਂ ਪੋਡਕਾਸਟ ਸ਼ੁਰੂ ਕਰਦੇ, ਆਪਣਾ ਹੀ ਪੋਡਕਾਸਟ ਸ਼ੁਰੂ ਕਰਦਾ। ਮੈਨੂੰ ਦੱਸੋ ਸਾਰੇ ਜਾਣੇ ਕੀ ਮੈਂ ਪੋਡਕਾਸਟ ਸ਼ੁਰੂ ਕਰਦਾ? ਸੋਰੀ ਸੁਧੀਰ, ਮੈਂ ਫਿਰ ਥੋੜਾ ਥੋੜਾ ਮੂਵ ਕਰ ਰਹੀ ਹਾਂ। ਜਦੋਂ ਮੇਰਾ ਉਹਦਾ ਇਹ ਕੀ ਫਿਲਟਰ ਲੱਗ ਗਿਆ ਕੋਈ, ਅਸੀਂ ਤੇ ਨੀ ਫਿਲਟਰ ਲਾਇਆ, ਸਾਨੂੰ ਤਾਂ ਲੋੜ ਹੀ ਕੋਈ ਨੀ, ਆਹ ਕਿੱਥੋਂ ਲੱਗ ਗਿਆ? ਹਾਊ ਟੂ ਰਿਮੂਵ ਦ ਫਿਲਟਰ, ਫਿਲਟਰ ਕਿਵੇਂ ਲੱਗਾ? ਅਸੀਂ ਨਹੀਂ ਲਾਇਆ, ਸਾਨੂੰ ਇੰਸਟਾਗ੍ਰਾਮ ਮੈਂ ਵੀ ਫਿਲਟਰ ਲਾਈ ਜਾਂਦਾ, ਸਾਨੂੰ ਚਾਹੀਦਾ ਹੀ ਨਹੀਂ ਹੈ, ਕਿੱਥੇ ਆ ਗਿਆ? ਹਾਂ ਇਹ ਆ ਸਾਡਾ ਅਸਲੀ ਮੂਡ। ਅੱਛਾ, ਲਾਈਫ 'ਚ ਨਾ ਪਤਾ ਨਹੀਂ ਕੀ ਹੁੰਦਾ, ਇਹ ਗੱਲਾਂ ਹੀ ਮੁੱਕ ਜਾਂਦੀਆਂ ਨੇ। ਅਮਨ ਕੀ ਵੈਨਿਟੀ ਕੇ ਪਰਸਨ ਕੋ ਬੁਲਾਈ ਹੋ ਕਿਸੀ ਕੋ, ਦੇਖ ਪੂਰੇ ਉਸ ਪੇ ਸੋਫੇ ਪੇ ਚੀਟੀਆਂ ਹੀ ਚੀਟੀਆਂ ਭਰੀ ਹੋਈ ਹੈ। ਚੀਟੀਆਂ ਚੀਟੀਆਂ ਆ ਗਈਆਂ? ਹਾਂ, ਉੱਥੇ ਖਾ ਖਾ ਕੇ ਤੇ ਜਦੋਂ ਉੱਥੇ ਕੋਈ ਨਾ ਕੋਈ ਸੁੱਟੋਗੇ ਚੀਟੀਆਂ ਆਏਗੀ। ਕੱਲ ਆਪਨੇ ਮੂੰਗਫਲੀ ਖਾ ਕੇ ਗਏ ਸੀ ਵਹਾਂ ਪੇ। ਹਾਂ, ਇਹ ਪੱਕੀ ਆਪਕੀ ਬਾਤ ਹੈ। ਇਹ ਮੈਂ ਤੋਂ ਨਹੀਂ ਗਈ ਥੀ ਭਾਈ, ਮੈਂ ਨਹੀਂ ਜਾਂਦੀ, ਵੈਸੇ ਉੱਥੇ ਮੈਂ ਹੀ ਖਾ ਰਹੀ ਸੀ। ਬਲੇਰ ਡੋਟ ਸਾਹਿਬ, ਲਿਖ ਕੇ ਤੇਰਾ ਨਾਮ ਮੈਂ ਵਿੱਚ ਰਾਵਾਂ ਦੇ, ਕਾਂਟਾ ਦਿਆ ਬਣਾ ਮੈਂ ਵਿੱਚ ਰਾਵਾਂ ਦੇ, ਝੂਠੇ ਯਾਰ ਨੇ ਝੂਠੇ ਮੈਨੂੰ ਖੰਭ ਦਿੱਤੇ, ਉੱਡ ਨਹੀਂ ਸਕਿਆ ਤਾਂ ਮੈਂ ਵਿੱਚ ਰਾਵਾਂ ਦੇ। ਐਸਾ ਕੌਣ ਜਿਹੜਾ ਤੁਹਾਨੂੰ ਖੰਭ ਦੇਵੇ? ਤੁਹਾਡੇ ਖੰਭ ਤੁਹਾਡੇ ਹੱਥ 'ਚ, ਵੱਢ ਕੇ ਮਾਰ ਕੇ ਨਾ ਇੱਕ ਚਪੇੜ, ਜਿਹੜਾ ਕੋਈ ਤੁਹਾਨੂੰ ਉਹ ਕਰਦਾ ਕੀ ਕਹਿੰਦੇ ਨੇ ਕੰਟਰੋਲ ਕਰਦਾ, ਜਾਂ ਕਿਉਂ ਇੰਨਾ ਹੱਕ ਦਿੰਦੇ ਨੇ ਲੋਕਾਂ ਨੂੰ, ਕੌਣ ਕਹਿ ਰਿਹਾ ਵੈਸੇ? ਬਟ ਐਡੀ ਕੋਈ ਮਜਾਲ ਆ ਕਿਸੇ ਦੀ? ਡਰਨਾ ਹੈ ਤਾਂ ਸਿਰਫ ਰੱਬ ਤੋਂ ਡਰਨਾ, ਰੱਬ ਦੇ ਬਣਾਏ ਜੀਆਂ ਤੋਂ ਡਰਨਾ ਡਰਨਾ ਹੈਗਾ।
ਸਤਵਿੰਦਰ ਸੁਨੰਦਾ ਸੁਨੰਦਾ ਹੋਈ ਪਈ ਹੈ ਕਿੱਥੇ ਓਕੇ ਚਾਰੇ ਪਾਸੇ ਆਏ ਤੇ ਮੇਰਾ ਗਾਣਾ ਵੀ ਆ ਰਿਹਾ ਇਸੇ ਮਹੀਨੇ ਮੈਂ ਹੁਣ ਰੋਜ਼ ਹੀ ਲਾਈਵ ਆ ਜਾਣਾ ਮੈਂ ਨਾ ਲਾਈਵ ਆ ਕੇ ਗਾਣਾ ਪ੍ਰਮੋਟ ਕਰੀ ਜਾਣਾ ਐਵਰੀ ਸਿੰਗਲ ਡੇ ਆਉਣਾ ਮੈਂ ਤੇ ਮੇਰਾ ਚੀਟੀਆਂ ਆਪਕੋ ਦੇਖਨੇ ਆਈ ਹੈ ਭਗਵਾਨ ਮੁਝੇ ਚੀਟੀ ਬਣਾ ਦੋ ਚੀਟੀਆਂ ਆਪਕੋ ਦੇਖਨੇ ਆਈ ਹੈ ਭਗਵਾਨ ਮੁਝੇ ਚੀਟੀ ਬਣਾ ਦੋ ਯਾਰ ਕੋਈ ਕਹੇਗਾ ਮੁਝੇ ਚੀਚੀ ਬਣਾ ਦੋ ਕੋਈ ਕਹਿ ਰਿਹਾ ਮੁਝੇ ਚੀਟੀ ਬਣਾ ਦੋ ਭੋਜਪੁਰੀ ਆਤੀ ਆਪਕੋ ਬੋਲ ਕੇ ਗਾਣਾ ਹਮੇ ਨਾ ਆਵੇ ਹੈ ਲਵ ਫਰੋਮ ਲਾਹੌਰ ਪਾਕਿਸਤਾਨ ਸ਼ੁਕਰੀਆ ਜੀ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਸਾਰਾ ਪਿਆਰ ਹੈਲੋ ਜੀ 10:06 ਤੇ ਮੈਨੂੰ ਮੈਸੇਜ ਵੀ ਆ ਗਿਆ ਉੱਠ ਗਏ ਨੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸੋਰੀ ਸੋਰੀ ਇੱਥੋਂ ਨਾ ਥੋੜਾ ਜਿਹਾ ਆਹ ਜਗ੍ਹਾ ਤੋਂ ਠੀਕ ਕਰ ਦਿਓ ਭਲਾ ਕਿੱਥੋਂ ਭਾਵੇਂ ਟੇਲ ਨਾ ਏਡੀ ਲੰਬੀ ਰੱਖਿਓ ਜਿਹੜੀ ਆਹ ਉੱਪਰ ਜਿਹੜੀ ਇੱਥੇ ਆ ਨਾ ਇਹਨੂੰ ਠੀਕ ਕਰ ਦੇਣਾ ਜਿਵੇਂ ਐਂਡ ਐਂਡ ਵਾਲਾ ਨੀ ਹੁੰਦਾ ਉਹਨੂੰ ਠੀਕ ਰੱਖ ਲੈਣਾ ਬਸ ਮੈਨੂੰ ਆਹ ਟੇਲ ਇੰਨੀ ਲੰਬੀ ਬਸ ਠੀਕ ਹੈ ਥਰੈਡਿੰਗ ਵੀ ਹੋਣ ਵਾਲੀ ਹੈ ਨਾ ਸਭ ਤੇ ਥਰੈਡਿੰਗ ਦਾ ਕੀ ਕਰੀਏ ਥਰੈਡਿੰਗ ਹੋਣ ਵਾਲੀ ਹੈ ਰਵੀਪਾਲ ਸਿੰਘ ਜੀ 100000000% ਆਏ ਪ੍ਰਸੈਂਟ ਲਾਈਕ ਐਟ ਦਿਸ ਟਾਈਮ ਥੈਂਕ ਯੂ ਰਵੀਪਾਲ ਜੀ ਜੈ ਸ਼੍ਰੀ ਕ੍ਰਿਸ਼ਨਾ ਵਿਕਰਾਂਤ ਜੀ ਜੈ ਸ਼੍ਰੀ ਕ੍ਰਿਸ਼ਨਾ ਜੀ ਆਪ ਲਾਈਵ ਦੇਖ ਕੇ ਆਏ ਹੈ ਯੈਸ ਮੈਂ ਕਮਿੰਗ ਜੀ ਜੀ ਆਏ ਕੌਣ ਹੈ ਮੈਂ ਕ੍ਰਿਚ ਆਓ ਕੀ ਕਹਿ ਰਹੇ ਨਹੀਂ ਹੈ ਕ੍ਰਿਚ ਕ੍ਰਿਚ ਇਹ ਕੀ ਨਾ ਹੋਇਆ ਮੈਂ ਨਹੀਂ ਬੋਲਿਆ ਤੁਸੀਂ ਆਖਿਆ ਕਿ ਮੇਰਾ ਨਾਮ ਹੈ ਕੀ ਹਾਲ ਨੇ ਆ ਜਾਓ ਫਿਰ ਬੀਟ ਬਾਕਸਿੰਗ ਕਰੀਏ ਮੈਂ ਕਮੈਂਟ ਨਹੀਂ ਕਰ ਰਿਹਾ ਆ ਜਾਓ ਆ ਜਾਓ ਆ ਜਾਓ ਆ ਜਾਓ ਆਪਣਾ ਇੰਟਰੋਡਕਸ਼ਨ ਦੇ ਦਿਓ ਪਹਿਲਾਂ ਜੀ ਹਾਂ ਹੈਲੋ ਸਤਿ ਸ਼੍ਰੀ ਅਕਾਲ ਐਵਰੀਵਨ ਤੇ ਮੇਰਾ ਨਾਮ ਗੁਰਮਾਨਵ ਸਿੰਘ ਹੈ ਤੇ ਮੈਂ ਬਹੁਤ ਵਡਭਾਗੀ ਹਾਂ ਅੱਜ ਕਿ ਮੈਡਮ ਦੇ ਲਾਈਵ ਚ ਆਇਆ ਤੇ ਅੱਜ ਤੁਹਾਨੂੰ ਬਹੁਤ ਇੱਕ ਸੋਹਣੀ ਚੀਜ਼ ਕਰਕੇ ਦਿਖਾਵਾਂਗੇ ਵੈਸਟਰਨ ਐਂਡ ਫੋਕ ਮਿਕਸ ਜਿਹੜਾ ਹੁੰਦਾ ਸੋ ਮੈਂ ਮਾਫ ਟੂ ਯੂ ਕੀ ਗਾਵਾਂ ਕੋਈ ਵੀ ਚਰਖਾ ਮੇਰਾ ਰੰਗ ਲਾਈ ਗਾਈਏ ਹੋ ਜਾਏ ਹੋ ਜਾਏ ਜਾਂ ਫਿਰ ਹੋਰ ਕੀ ਗਾ ਸਕਦੇ ਇੱਕ ਵਾਰੀ ਆਡੀਅੰਸ ਤੋਂ ਵੀ ਪੁੱਛ ਲੈਂਦੇ ਹਾਂ ਕੋਈ ਗਾਣਾ ਦੱਸੋ ਜੀ ਕੀ ਗਾਈਏ ਸਤਪ੍ਰੀਤ ਕੋਈ ਗਾਣਾ ਦੱਸੋ ਸ਼ਾਨ ਕੋਈ ਗਾਣਾ ਦੱਸੋ ਸਾਰੇ ਜਣੇ ਕੁਛ ਦੱਸੋ ਕੀ ਗਾਈਏ ਕੋਈ ਵੀ ਕੋਈ ਕੀ ਗਾਈਏ ਮੈਂ ਕੀ ਗਾ ਰਹੀ ਹਾਂ ਅੱਜ ਕੱਲ ਜੋ ਮੈਂ ਗਾ ਰਹੀ ਹਾਂ ਇੱਥੇ ਨਹੀਂ ਗਾ ਸਕਦੀ ਜਦੋਂ ਉਹ ਦਿਨ ਗਾਇਆ ਸੀਗਾ ਸੱਜਣ ਚਰਖਾ ਰੰਗ ਚਰਖਾ ਰੰਗ ਇਹ ਬਦੋ ਬਦੀ ਗਾ ਦਿਆ ਬਦੋ ਬਦੀ ਬਦੋ ਬਦੀ ਬਦੋ ਬਦੀ ਮੌਕਾ ਮਿਲੇ ਕਦੀ ਕਦੀ
ਇਹਨਾਂ ਨੂੰ ਜਾਨ ਨਾ ਲੈਣ ਦੀ, ਪਟਾਕੇ ਸੌਂਗ ਸੁਣਾ ਦੋ, ਚੰਡੀਗੜ੍ਹ ਕਾ ਛੋਕਰਾ ਸੁਣਾ ਦੋ, ਓਏ ਮੈਂ ਸੁਣਾ ਦੇਣਾ ਹੈ ਤੇ ਬਾਅਦ ਚ ਫਿਰ ਉਹ ਹੱਟ ਉੱਠ ਜਾਣਾ ਹੈ, ਫਿਰ ਉਹ ਐਵੇਂ ਰਹਿ ਜਾਣੀ ਮੇਰੀ ਗੱਲ, ਮੇਰਾ ਗਾਇਆ ਗੀਤ ਐਵੇਂ ਹੀ ਰਹਿ ਜਾਣਾ। ਮੇਰੇ ਮੋਮ ਤੁਹਾਨੂੰ ਬਹੁਤ ਪਿਆਰ ਕਰਦੇ ਨੇ, ਬਾਣੀ ਸੰਗੀ ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਅੱਖ ਕਾਸ਼ੀ ਨੀਕ ਮੇਰੀ ਅੱਖ ਕਾਸ਼ੀ, ਦੂਜਾ ਰਾਤ ਦੇ ਨੀਂਦ ਦੇ ਮਰ। ਚਲੋ ਟਰਾਈ ਕਰਦੇ ਹਾਂ, ਸੁਧੀਰ ਹੋ ਗਿਆ ਆਪਕਾ, ਚਲੋ ਯੇ ਆ ਦਰਵਾਜ਼ਾ ਬੰਦ ਕਰੋ, ਇਹਨਾਂ ਦੀ ਆਵਾਜ਼ ਨਾ ਆਵੇ। ਨੀਕ ਮੇਰੀ ਅੱਖ ਕਾਸ਼ਨੀ, ਨੀਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਉਹ ਨੀਂਦ ਨੇ ਮਾਰਿਆ, ਮੈਨੂੰ ਤਰੇੜ ਪੈ ਗਈ, ਸ਼ੀਸ਼ੇ ਨੂੰ ਤਰੇੜ ਪੈ ਗਈ, ਆਵਾਲ ਵਾਉਂਦੀ ਨੇ ਤੇ ਆਣ ਜਦੋਂ ਮਾਰਿਆ, ਨੀਕ ਮੇਰੀ ਅੱਖ ਕਾਸ਼ਨੀ, ਓਏ ਦਰਾ ਦਰਾ ਪ੍ਰਮੋਸ਼ਨ ਇਧਰ ਉਧਰ ਸਾਰੇ ਪਾਸੋਂ ਲੈ ਕੇ ਵੀ ਜੇ ਸਭ ਸੋਰਟਡ ਹੈ ਤੇ 3 ਵਜੇ ਸਰਪ੍ਰਾਈਜ਼ ਤੁਹਾਡੇ ਸਾਰਿਆਂ ਦੇ ਲਈ, ਤੇ ਤੁਸੀਂ ਜਿਹੜਾ ਖੁਸ਼ ਹੋਣਾ ਹੈ ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਹੋਣੀ ਹੈ, ਐਂਡ ਥੈਂਕ ਯੂ ਵੈਰੀ ਮਚ, ਤੇ ਸਾਰੇ ਖੁਸ਼ ਰਹੋ ਐਂਡ ਬੀ ਕਾਇੰਡ ਟੂ ਐਵਰੀ ਵਨ, ਤੇ ਖਿਆਲ ਰੱਖਿਓ ਆਪਣਾ, ਓਕੇ ਬਾਏ 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 ਬਾਏ, ਟੇਕ ਕੇਅਰ।